ਪਤਾ ਲੱਗਣ ਲੱਗਾ ਵੀ ਇਹ ਨਸ਼ਾ ਜਿਹੜਾ ਸਾਡੇ ਘਰੇ ਨਹੀਂ ਪਹੁੰਚ ਸਕਦਾ। ਕਿਉਂ ਨਾ ਆਪਾਂ ਸਰਹੱਦ ਤੋਂ ਹੀ ਰੋਕਣਾ ਸ਼ੁਰੂ ਕਰੀਏ। ਜਦੋਂ ਸਾਡੇ ਪਿੰਡ ਵਿੱਚ ਕੋਈ ਨਸ਼ਾ ਵੇਚਣ ਆਉਂਦਾ, ਜੇ ਕੋਈ ਨਸ਼ਾ ਵੇਚਦਾ ਜਾਂ ਬਾਹਰੋਂ ਲਿਆ ਕੇ ਨਸ਼ਾ ਵੇਚਦਾ ਜਾਂ ਪਿੰਡ ਦਾ ਵਿਅਕਤੀ ਨਸ਼ਾ ਵੇਚਦਾ, ਬਿਲਕੁਲ ਗਰੇਜ਼ ਨਾ ਕਰੋ ਮੇਰੇ ਵੀਰਿਓ। ਇਹ ਨਸ਼ਾ ਇੱਦਾਂ ਦਾ ਜਿਸ ਦਿਨ ਤੁਹਾਡੇ ਘਰ ਦੇ ਵਿੱਚ ਆ ਗਿਆ, ਤੁਹਾਡੀ ਜ਼ਮੀਨ ਜਾਇਦਾਦ ਜਿਹੜੀ ਸਭ ਕੁਝ ਹੈ ਨਾ, ਇਹੀ ਪ੍ਰਣ ਕਰਨਾ ਕਿ ਆਪਾਂ ਨਸ਼ੇ ਨੂੰ ਜਿਹੜਾ ਪਿੰਡ ਦੀ ਪੰਚਾਇਤ ਆਪਾਂ ਚਾਹੁੰਦੇ ਹਾਂ ਮਤੇ ਪਾ ਦਿਓ। ਪਿੰਡ 'ਚ ਜਿਹੜਾ ਵਿਅਕਤੀ ਨਸ਼ਾ ਵੇਚਦਾ ਪੁਲਿਸ ਨੂੰ ਦੱਸੋ, ਕੋਈ ਗੱਲ ਨਹੀਂ, ਥੋੜ੍ਹੇ ਬਹੁਤੇ ਚੈੱਕ ਚਾਹੁੰਦੀ ਹਾਂ। ਪੰਚ ਸਰਪੰਚ ਮੇਰੇ ਵੀ ਸਾਰੇ ਸਰਕਾਰਯੋਗ ਬੁੱਧੀਜੀਵੀ ਆ, ਮਹਾਨ ਹਸਤੀਆਂ ਵਾ। ਜੇ ਤੁਸੀਂ ਇਸ ਚੀਜ਼ ਨੂੰ ਨੱਥ ਪਾਓਗੇ ਨਾ, ਤਾਂ ਤੁਸੀਂ ਜਵਾਨੀ ਨੂੰ ਕਦੇ ਡਿੱਗ ਦੀ ਡੋਲੀ ਨਹੀਂ। ਜੋ ਵੀ ਇਹ ਡਰੱਗ ਹੈ ਇਹ ਕੋਈ ਮੇਰੇ ਤੁਹਾਡੇ ਤੱਕ ਸੀਮਿਤ ਨਹੀਂ ਹੈ ਜਾਂ ਕਿਸੇ ਕੰਟਰੀ ਤੱਕ ਸੀਮਿਤ ਨਹੀਂ ਹੈ, ਪੂਰੀ ਦੁਨੀਆ 'ਚ ਫੈਲਿਆ ਹੋਇਆ ਹੈ ਅਤੇ ਵੱਧ ਵੀ ਰਿਹਾ ਅਤੇ ਸਰਕਾਰਾਂ ਜ਼ੋਰ ਲਾ ਰਹੀਆਂ। नशा मजा नहीं, नशा मजा नहीं, नशे छोड़ो, नशे छोड़ो, नशा मजा नहीं, नशा मजा नहीं, नशा मजा नहीं, नशे हाँ जी सर, सर अज उगी दे विच जिहड़ा ड्रग डे मनाया गया, की कहना चाहते? अज उगी दे विच इंटरनेशनल ड्रग डे दे उपलक्ष विच एक सैमीनार लाया गया जिथे कि उगी दे शहर के बहुत मोहतवर जिहड़े व्यक्ति सीगे उन्होंने इत्थे आ के इहदे विच शिरकत की है। उस तो बाद एक रैली भी कढ़ी गई है, ड्रग अवेयरनैस रैली उगी शहर के विच, ते बहुत खुशी की गल है। सर पब्लिक नूं की मैसेज दोगे? पब्लिक नूं असी आप तो मैसेज रोज़ ही दिंदे आ, ते जिहड़े रिप्रजेंटेटिव आए ने शहर के मोहतवर व्यक्ति आए उन्हां दे थ्रू भी एक मैसेज गया है कि इहनूं असी जड़ तो ही खत्म करना, हूँ ये लड़ाई हूँ जड़ तो ही बिल्कुल इहनूं नो टॉलरेंस से लैके जाना। सर जिवें कि अज ਪਿੰਡਾਂ ਦੇ ਸਰਪੰਚ ਵਗੈਰਾ ਵੀ ਇੱਥੇ ਪਹੁੰਚੇ ਸੀਗੇ, ਉਹਨਾਂ ਨੂੰ ਕੋਈ ਜਿਹੜਾ ਹੈਗਾ ਮੈਸੇਜ ਦਿੱਤਾ ਗਿਆ? ਬਿਲਕੁਲ ਜੀ ਬਿਲਕੁਲ, ਉਹ ਵੀ ਇਸ ਲੜਾਈ 'ਚ ਸਾਡੇ ਨਾਲ ਬਿਲਕੁਲ ਕੰਧੇ ਨਾਲ ਕੰਧਾ ਰਲਾ ਕੇ ਖੜ੍ਹੇ ਨੇ, ਪਹਿਲੇ ਵੀ ਖੜ੍ਹੇ ਨੇ ਅਤੇ ਹੁਣ ਵੀ ਖੜ੍ਹੇ ਹੋਣਗੇ। ਅੱਗੇ ਵੀ ਉਹਨਾਂ ਨੇ ਮਤੇ ਵੀ ਪਾਏ ਆਪਣੇ ਪਿੰਡਾਂ ਦੇ ਕਿ ਬਈ ਇਹ ਜੋ ਡਰੱਗ ਜਿੰਨੇ ਵੀ ਪੈਡਲਰਸ ਹੋਣਗੇ ਜਾਂ ਕੋਈ ਜੋ ਡਰੱਗ ਲੈਂਦੇ ਹੈ ਪਿੰਡਾਂ ਦੇ ਵਿੱਚ, ਉਹਨਾਂ ਨੂੰ ਇਹ ਬਿਲਕੁਲ ਵੀ ਸਪੋਰਟ ਨਹੀਂ ਕਰਨਗੇ, ਅਤੇ ਜਿੰਨੀ ਪੁਲਿਸ ਦੀ ਮਦਦ ਹੋਏਗੀ ਇਹ ਡਰੱਗ ਨੂੰ ਖਤਮ ਕਰਨ 'ਚ ਉਹ ਨਾਲ ਸਾਡਾ ਸਹਿਯੋਗ ਕਰਨਗੇ। ਸਰ ਦੇਖਣ ਦੇ ਵਿੱਚ ਆਉਂਦਾ ਕਿ ਜਦੋਂ ਤੁਸੀਂ ਕੋਈ ਵੀ ਜਿਹੜਾ ਹੈਗਾ ਸਮਗਲਰ ਫੜਦੇ ਹੈਗੇ ਆ, ਕਈ ਵਾਰੀ ਕਾਫੀ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ, ਉਹਨਾਂ ਨੂੰ ਕੀ ਮੈਸੇਜ ਦਿਓਗੇ? ਫੋਨ ਆਉਣ ਨਾਲ ਸਾਨੂੰ ਕੋਈ ਮਤਲਬ ਨਹੀਂ, ਅਸੀਂ ਆਪਣਾ ਕੰਮ ਕਰਨਾ, ਜੋ ਅਫੈਂਸ ਬਣਦਾ ਉਹਦੇ ਰਿਗਾਰਡਿੰਗ ਸਾਨੂੰ ਜੋ ਵੀ ਮਰਜ਼ੀ ਫੋਨ ਕਰਦਾ ਰਹੇ, ਅਸੀਂ ਜੋ ਸਾਡਾ ਡਿਊਟੀ ਹੈ ਅਸੀਂ ਉਹ ਕਰਨੀ, ਫੋਨ ਸੁਣਨਾ ਵੀ ਸਾਡੀ ਡਿਊਟੀ, ਅਸੀਂ ਫੋਨ ਇੱਦਾਂ ਨਹੀਂ ਕਿ ਅਗਰ ਕੋਈ ਸਾਨੂੰ ਫੋਨ ਕਰ ਰਿਹਾ ਸਰਕਾਰੀ ਨੰਬਰ 'ਤੇ ਅਸੀਂ ਉਹਨੂੰ ਡਿਸਕਨੈਕਟ ਕਰਾਂਗੇ ਜਾਂ ਫੋਨ ਨਹੀਂ, ਫੋਨ ਸੁਣਨਾ ਸਾਡੀ ਡਿਊਟੀ ਹੈ। ਉਸ ਤੋਂ ਇਲਾਵਾ ਜੋ ਅਸੀਂ ਅਗਰ ਕੋਈ ਡਰੱਗ ਪੈਡਲਰ ਫੜਿਆ, ਕੋਈ ਜਿੰਨਾ ਮਰਜ਼ੀ ਫੋਨ ਕਰੇ, ਜੋ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਬਣਦੀ ਹੈ, ਜੋ ਵੀ ਉਹਦੇ ਕੋਲ ਰਿਕਵਰੀ ਹੋਈ ਹੈ ਉਹਦੇ ਰਿਗਾਰਡਿੰਗ ਅਸੀਂ ਕਰਦੇ ਹਾਂ। ਠੀਕ ਹੈ, ਹਾਂਜੀ ਭਾਈ, ਜਿਹੜਾ ਅੱਜ ਇਹ ਰੈਲੀ ਕੱਢੀ ਕੀ ਕਰਨਾ? ਵੇਖੋ ਜੀ, ਅੱਜ ਅਸੀਂ ਮਾਨਯੋਗ SSP ਸਾਹਿਬ ਦੇ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਤਰਰਾਸ਼ਟਰੀ ਨਸ਼ਾ ਵਿਰੋਧ ਦਿਵਸ ਜਿਹੜਾ ਮਨਾ ਰਹੇ ਹਾਂ। ਇਹ ਸਾਡਾ ਮਕਸਦ ਇਹ ਹੀ ਆ, ਮਾਨਯੋਗ ਸੀਨੀਅਰ ਅਫਸਰ ਜਿਹੜੇ ਆ ਉਹਨਾਂ ਦੀ ਹਦਾਇਤ ਅਨੁਸਾਰ, ਕਿ ਜਿੰਨੇ ਵੀ ਸਾਡੇ ਨੌਜਵਾਨ ਆ ਇਹ ਨਸ਼ਿਆਂ ਤੋਂ ਪ੍ਰੇਰਿਤ ਰਹਿਣ, ਜਾਗਰਤ ਹੋਣ, ਤਾਂ ਕਿ ਇਹਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦਾ ਪਤਾ ਲੱਗ ਜਾਵੇ। ਅਤੇ ਜਿਹੜੇ ਲੋਕ ਨਸ਼ਾ ਨਹੀਂ ਛੱਡ ਰਹੇ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਲਈ ਅਸੀਂ ਵੱਖ ਵੱਖ ਸੈਮੀਨਾਰ ਲਾ ਰਹੇ ਹਾਂ ਪਤਵੰਤਿਆਂ ਦੇ ਨਾਲ, ਪਿੰਡ ਦੀਆਂ ਪੰਚਾਇਤਾਂ ਦੇ ਨਾਲ, ਮੋਹਤਵਾਰ ਵਿਅਕਤੀਆਂ ਦੇ ਨਾਲ। ਉਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਉਹਨਾਂ ਦਾ ਨਸ਼ਾ ਜਿਹੜਾ ਹਮਦਰਦੀ ਨਾਲ ਛਡਾਇਆ ਜਾਵੇ, ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਪਿਆਰ ਸਤਿਕਾਰ ਦੇ ਕੇ ਉਹਨਾਂ ਨੂੰ ਇਸ ਪਾਸਿਓਂ ਮੋੜਿਆ ਜਾਵੇ। ਅਤੇ ਇਸ ਬਾਰੇ ਲੋਕਾਂ ਨੂੰ ਕੀ ਅਪੀਲ ਕਰੂੰਗੇ? ਲੋਕਾਂ ਨੂੰ ਸਾਡਾ ਪਿਆਰ ਚਾਹੀਦਾ, ਸਾਨੂੰ ਸਹਿਯੋਗ ਚਾਹੀਦਾ। ਮੈਂ ਛੋਟੀ ਜਿਹੀ ਪੋਏਮ ਨਾਲ ਵੀ ਸੰਦੇਸ਼ ਦੇਣਾ ਚਾਹਾਂਗਾ। ਲਾਜ ਹੋਣਾ ਨਾ ਬਿਮਾਰੀ ਨਾ ਮਰਾਦ ਜੀ, ਇਹ ਤੋੜ ਦਿੰਦੀ ਘਰ ਪਰਿਵਾਰ ਨੂੰ, ਉਹ ਟੁੱਟਣੋਂ ਬਚਾਓ ਵੀਰ ਨੂੰ, ਇਹ ਹੀਰਿਆਂ ਤੋਂ ਕੀਮਤੀ ਜਵਾਨੀਆਂ ਨਾ ਨਸ਼ੇ 'ਚ ਗਵਾਓ ਵੀਰ ਨੂੰ, ਇਹ ਹੀਰਿਆਂ ਤੋਂ ਕੀਮਤੀ ਜਵਾਨੀਆਂ ਨਾ ਨਸ਼ੇ 'ਚ ਗਵਾਓ ਵੀਰ ਨੂੰ। ਠੀਕ ਹੈ।